ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਇੰਡੋ ਪਾਕਿਸਤਾਨ ਬਾਰਡਰ ਤੋਂ 2 ਪੈਕਟ ਹੈਰੋਇਨ ਬਰਾਮਦ ਕਰਕੇ ਲੈ ਕੇ ਆਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਦੇ AIG ਅਜੇ ਮਲੂਜਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੂੰ ਇੱਕ ਖੁਫੀਆ ਰਿਪੋਰਟ ਮਿਲੀ ਸੀ ਕਿ ਕੁਝ ਭਾਰਤੀ ਸਮਗਲਰਾਂ ਵੱਲੋਂ ਪਾਕਿਸਤਾਨ ਸਮਗਲਰਾਂ ਦੇ ਨਾਲ ਗੱਲਬਾਤ ਕਰਕੇ ਇੰਡੋ ਪਾਕਿਸਤਾਨ ਬਾਰਡਰ ਦੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਭਾਰਤ ਏਰੀਏ ਵਿੱਚ ਪਿੰਡ ਕਾਲੂਵਾਲਾ ਦੀ BSF ਦੀ BOP ਕੱਸੋ ਕੇ ਪਿੱਲਰ ਨੰਬਰ 183-13 ਦੇ ਸਾਹਮਣੇ ਕਿਸਾਨ ਜਰਨੈਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭਾਨੇਵਾਲਾ ਫਿਰੋਜ਼ਪੁਰ ਦੀ ਜ਼ਮੀਨ ਵਿੱਚ ਹੈਰੋਇਨ ਦੀ ਖੇਪ ਲੁਕਾ ਛੁਪਾ ਕੇ ਰੱਖੀ ਗਈ ਹੈ, ਜਿਸ ਨੂੰ ਲੈ ਕੇ ਨਾਮਾਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਸਮਗਲਰਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰ, ਅੱਜ ਜਿਹੜੀ ਹੈਰੋਇਨ ਫੜੀ ਗਈ ਹੈ, ਕਿੱਥੋਂ ਫੜੀ ਗਈ ਹੈ, ਕੀ ਇਨਪੁੱਟ ਹੈਗੇ ਸੀਗੇ, ਕਿੰਨੀ ਫੜੀ ਗਈ ਹੈ? ਇਹ ਸਾਡੇ CI ਫਿਰੋਜ਼ਪੁਰ ਦੀ ਟੀਮ ਕੋਲ ਇੱਕ ਇਨਫੋਰਮੇਸ਼ਨ ਸੀ ਕਿ BOP ਕੱਸੋ ਕੇ ਥਾਣਾ ਸਦਰ ਦੇ ਏਰੀਏ ਦੇ ਵਿੱਚ ਕਿਸੇ ਸਮਗਲਰਾਂ ਨੇ ਲੁਕਾ ਛੁਪਾ ਕੇ 2 ਕਿਲੋ ਹੀਰੋਇਨ ਰੱਖੀ ਹੋਈ ਹੈ ਅਤੇ ਸਾਡੀ ਜਿਹੜੀ ਫਿਰ ਪਾਰਟੀ ਇੱਥੋਂ ਭੇਜੀ ਗਈ। ਅਸੀਂ BSF ਨੂੰ ਰਲ ਕੇ ਉੱਥੇ ਸਰਚ ਕੀਤੀ ਅਤੇ ਸਰਚ ਦੇ ਦੌਰਾਨ ਸਾਨੂੰ 2 ਪੈਕਟ ਹੀਰੋਇਨ ਦੇ ਮਿਲੇ ਅਤੇ ਉਹ ਅਸੀਂ ਸਾਰੀ ਕਬਜ਼ੇ 'ਚ ਲੈ ਕੇ ਅਤੇ ਸਾਰਾ ਕੇਸ ਤਿਆਰ ਕੀਤਾ ਅਤੇ ਜਿਹੜੇ ਦੋਸ਼ੀ ਹੈ, ਇੱਕ ਬੰਦੇ ਦਾ ਖੇਤ ਹੈ, ਉਹ ਬੰਦੇ ਦਾ ਨਾਮ ਸਾਡੇ ਕੋਲ ਹੈਗਾ ਹੈ, ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹ ਦੋਸ਼ੀ ਹੈ ਜਾਂ ਕੋਈ ਹੋਰ ਦੋਸ਼ੀ ਹੈ। ਤਫਤੀਸ਼ ਦੇ ਵਿੱਚ ਜੋ ਵੀ ਫੈਕਟਸ ਆਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ। ਕਿਵੇਂ ਇਨਪੁੱਟਸ ਜਿਹੜੇ ਸਾਹਮਣੇ ਆਏ ਅਤੇ ਹੀਰੋਇਨ ਤੁਸੀਂ ਉੱਥੋਂ ਬਰਾਮਦ ਕੀਤੀ? ਇਹ ਸਾਡੇ ਕੋਈ ਖਾਸ ਮੁਖਬਰ ਨੇ ਇੱਕ ਇਤਲਾਹ ਦਿੱਤੀ ਸੀ, ASI ਜਤਿੰਦਰ ਸਿੰਘ ਨੂੰ ਇਤਲਾਹ ਦਿੱਤੀ ਸੀ। ਉਸ ਤੋਂ ਬਾਅਦ ਜਿਹੜਾ ਫਿਰ ਇੰਸਪੈਕਟਰ ਸਤੀਸ਼ ਕੁਮਾਰ, ਸਬ ਇੰਸਪੈਕਟਰ ਰਵਿੰਦਰ ਸਿੰਘ ਇਹ ਗਏ ਅਤੇ ਇਹਨਾਂ ਨੇ ਸਰਚ ਦੇ ਦੌਰਾਨ ਇਹ ਚੀਜ਼ 2 ਕਿਲੋ ਹੀਰੋਇਨ ਬਰਾਮਦ ਕੀਤੀ। ਅੰਤਰਰਾਸ਼ਟਰੀ ਮਾਰਕੀਟ ਕੀਮਤ ਕਿੰਨੀ ਹੋਊਗੀ ਸਰ? ਅੰਤਰਰਾਸ਼ਟਰੀ ਜਿਹੜੀ ਕੀਮਤ ਹੈ 10 ਕਰੋੜ ਹੈ ਜੀ। 10 ਕਰੋੜ ਲੋਕਲ ਕੀਮਤ ਕੀ ਸਰ ਜੀ? ਲੋਕਲ ਜਿਹੜੀ ਉੱਧਰੋਂ ਜਿਹੜੀ ਪਾਕਿਸਤਾਨ 'ਚੋਂ ਆਉਂਦੀ ਹੈ, 8 ਲੱਖ ਦੇ ਕਰੀਬ ਉੱਧਰ ਵੈਲਿਊ ਹੈ ਇਹਦੀ ਪਾਕਿਸਤਾਨ ਦੇ ਵਿੱਚ। ਇੱਧਰ ਜਿਹੜੀ 20-25 ਲੱਖ ਦੇ ਕਰੀਬ ਕਿਲੋ ਦੇ ਵਿਕ ਜਾਂਦੀ ਹੈ ਆਪਣੀ। ਸਰ, ਦੇਖਿਆ ਜਾਵੇ ਇਹ ਇਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਨਸ਼ਾ ਤਸਕਰ ਜਿਹੜੇ ਆ ਮਨਸੂਬੇ ਜਿਹੜੇ ਆਪਣੇ ਆ ਉਹ ਲਗਾਤਾਰ ਕਰਦੇ ਰਹਿੰਦੇ ਹੈਗੇ ਹੈਰੋਇਨ ਭੇਜਣ ਦੀ ਖੇਪ। ਕਿਵੇਂ ਦੇਖਦੇ ਹੋ ਕਿ ਇਹ ਕਿਸਾਨਾਂ ਦੇ ਮੂਵਮੈਂਟ ਦੇ ਕਰਕੇ ਵੀ ਜਿਹੜੀ ਹੈ ਕਿ ਸਾਰਾ ਧਿਆਨ ਜਿਹੜਾ ਉੱਧਰ ਲੱਗਾ ਹੋਇਆ ਅਤੇ ਇਸ ਕਰਕੇ ਜਿਹੜਾ ਜ਼ਿਆਦਾ ਮੂਵਮੈਂਟ ਕਰ ਰਹੇ? ਐਕਚੁਲੀ ਇਹ ਆਪਣਾ ਜਿਹੜਾ ਹੁਣ ਸਾਡੇ ਮੇਰੇ ਅੰਡਰ ਫਾਜ਼ਿਲਕਾ ਫਿਰੋਜ਼ਪੁਰ ਬਾਰਡਰ ਪੈਂਦਾ ਹੈ, ਇਹ ਬਾਰਡਰ 'ਤੇ ਇੱਕ ਟ੍ਰੈਂਡ ਹੀ ਬਣਿਆ ਹੋਇਆ ਸਮਗਲਿੰਗ ਦਾ, ਕਿਉਂਕਿ ਇਸ ਦੇ ਵਿੱਚ ਪੈਸੇ ਦੀ ਲਿਓਰਮੈਂਟ ਬੜੀ ਹੈ। ਇੱਕ ਜਿਹੜਾ ਪਾਂਡੀ ਹੈ ਉਹਨੂੰ ਲਿਆਉਣ ਦਾ 3 ਤੋਂ ਲੈ ਕੇ 5 ਲੱਖ 1 ਕਿਲੋ ਦਾ ਮਿਲ ਜਾਂਦਾ ਹੈ, ਇਸ ਲਈ ਪੈਸੇ ਦਾ ਲਾਲਚ ਬੜਾ ਹੈ ਅਤੇ ਇਸ ਕਰਕੇ ਸਾਰੇ ਬਾਰਡਰ 'ਤੇ ਅੰਮ੍ਰਿਤਸਰ ਸਾਈਡ 'ਤੇ ਹੋਰ ਇੱਧਰ ਇਹ ਤਸਕਰੀ ਚੱਲਦੀ ਰਹਿੰਦੀ ਹੈ। ਇਹ ਹੀਰੋਇਨ ਸਰ ਦੱਬੀ ਸੀ ਜਾਂ ਆਪਣੀ? ਹਾਂ, ਉੱਥੇ ਖੇਤਾਂ ਦੇ ਵਿੱਚ ਕਣਕ ਦਾ ਖੇਤ ਸੀ, ਉੱਥੇ ਉਹਨਾਂ ਨੇ ਸਿੱਟੀ ਹੋਈ ਸੀ ਜਿੱਥੋਂ ਕਿ ਆਮ ਬੰਦਾ ਵੇਖ ਨਹੀਂ ਸਕਦਾ। ਇਹ ਸਰ ਹੱਥ ਜਿਹੜੀ ਪਾਕਿਸਤਾਨ ਦੇ ਖੇਤਾਂ 'ਚ ਸੀ ਕਿ ਇੰਡੀਆ ਵੱਲ? ਨਹੀਂ, ਇਹ ਆਪਣੇ 0 ਲਾਈਨ ਤੋਂ ਇੰਡੀਆ ਸਾਈਡ ਵੱਲ ਸੀ, 0 ਲਾਈਨ ਤੋਂ ਇੰਡੀਆ ਸਾਈਡ ਵੱਲ ਸੀ, ਪਰ ਫੈਂਸਿੰਗ ਦੇ ਅਕਰੋਸ ਸੀ, ਕਿਉਂਕਿ ਫੈਂਸਿੰਗ ਤੋਂ ਅੱਗੇ ਆਪਣੀ ਵੀ ਜ਼ਮੀਨ ਹੈਗੀ ਹੈ, ਉਹ ਆਪਣੇ ਕਿਸਾਨ ਜਾਂਦੇ, ਪਰ ਇਹ ਆਪਣੇ ਇੰਡੀਅਨ ਸਾਈਡ 'ਤੇ ਸੀ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।